ਫਰੈਂਡਸ ਔਰ ਵੀਡੀਓਜ਼ ਕੇ ਲੀ ਹਮਾਰੇ ਇਸ ਚੈਨਲ ਕੋ ਸਬਸਕ੍ਰਾਈਬ ਕਰੇਂ ਔਰ ਬੈਲ ਆਈਕਨ ਕੋ ਵੀ ਜ਼ਰੂਰ ਦਬਾਏ। ਹੈਲੋ ਫਰੈਂਡਸ ਵੈਲਕਮ ਟੂ ਮਾਈ YouTube ਚੈਨਲ। ਫਰੈਂਡਸ ਅੱਜ ਦੀ ਵੀਡੀਓ ਵਿੱਚ ਅਸੀਂ ਹਿਸਟਰੀ ਦੇ ਕੁਝ ਇੰਪੋਰਟੈਂਟ ਕੁਐਸਚਨਸ ਕਰਾਂਗੇ ਜੀ ਜਿਹੜੇ ਕਿ SST ਦੇ ਮਾਸਟਰ ਕੈਟਗਰੀ ਐਗਜ਼ਾਮ ਵਿੱਚ ਆ ਸਕਦੇ ਨੇ ਜੀ ਬਹੁਤ ਇੰਪੋਰਟੈਂਟ ਕੁਐਸਚਨ ਨੇ। ਜ਼ਰੂਰ ਕਰ ਲਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਜੇਕਰ ਸਬਸਕ੍ਰਾਈਬ ਤੁਸੀਂ ਹਾਲੇ ਤੱਕ ਨਹੀਂ ਕੀਤਾ ਹੈ। ਠੀਕ ਹੈ ਜੀ ਆਪਾਂ ਸ਼ੁਰੂ ਕਰਦੇ ਹਾਂ ਪਹਿਲਾ ਕੁਐਸਚਨ ਹੈ। ਨਿਮਨਲਿਖਤ ਵਿੱਚੋਂ ਕਿਸ ਸਥਾਨ ਤੇ ਮ ਕਿਹੜੇ ਸਥਾਨ ਤੇ ਮੱਧ ਪਹਾਸ਼ਾਨ ਕਾਲ ਵਿੱਚ ਪਸ਼ੂ ਪਾਲਣ ਦੇ ਸਬੂਤ ਮਿਲਦੇ ਹਨ ਜੀ ਤਾਂ ਏ ਆਪਸ਼ਨ ਹੈ ਬੋਰੀ ਬੀ ਆਪਸ਼ਨ ਹੈ ਲਖਨੀਆ ਸੀ ਆਪਸ਼ਨ ਹੈ ਬਾਗੋਰ ਡੀ ਆਪਸ਼ਨ ਹੈ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਕਿਹੜਾ ਸਥਾਨ ਹੈ ਜੀ ਜਿੱਥੇ ਮੱਧ ਪਹਾਸ਼ਾਨ ਕਾਲ ਵਿੱਚ ਪਸ਼ੂ ਪਾਲਣ ਦੇ ਸਬੂਤ ਮਿਲਦੇ ਹਨ ਜੀ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ ਸੀ ਆਪਸ਼ਨ ਬਾਗੋਰ ਵਿਕੇ ਠੀਕ ਹੈ ਜੀ ਬਾਗੋਰ ਵਿਕੇ ਮੱਧ ਪਹਾਸ਼ਾਨ ਕਾਲ ਵਿੱਚ ਪਸ਼ੂ ਪਾਲਣ ਦੇ ਸਬੂਤ ਮਿਲਦੇ ਹਨ ਨੈਕਸਟ ਕੁਐਸਚਨ ਹੈ ਹਾਥੀ ਗੁੰਫਾ ਅਭਿਲੇਖ ਕਿਸ ਸ਼ਾਸਕ ਦੇ ਵਿਸ਼ੇ ਵਿੱਚ ਜਾਣਕਾਰੀ ਦਾ ਸਰੋਤ ਹੈ ਤਾਂ ਹਾਥੀ ਗੁੰਫਾ ਅਭਿਲੇਖ ਹੈ ਜੀ ਜਿਹੜਾ ਉਹ ਕਿਹੜੇ ਸ਼ਾਸਕ ਦੇ ਵਿਸ਼ੇ ਵਿੱਚ ਜਾਣਕਾਰੀ ਦਾ ਸਰੋਤ ਹੈ ਜੀ ਤਾਂ ਏ ਆਪਸ਼ਨ ਹੈ ਖਾਰਵੇਲ ਬੀ ਆਪਸ਼ਨ ਹੈ ਅਸ਼ੋਕ ਸੀ ਆਪਸ਼ਨ ਹੈ ਹਰਸ਼ਵਰਧਨ ਡੀ ਆਪਸ਼ਨ ਹੈ ਕਨਿਸ਼ਕ ਤਾਂ ਕਿਹੜੇ ਸ਼ਾਸਕ ਦੇ ਵਿਸ਼ੇ ਵਿੱਚ ਜਾਣਕਾਰੀ ਦਾ ਸਰੋਤ ਹੈ ਜੀ ਹਾਥੀ ਗੁੰਫਾ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੈ ਜੀ ਉਹ ਹੈ ਏ ਆਪਸ਼ਨ ਖਾਰਵੇਲ ਠੀਕ ਹੈ ਜੀ ਹਾਥੀ ਗੁੰਫਾ ਅਭਿਲੇਖ ਕਾਰਵੇਲ ਸ਼ਾਸਕ ਦੇ ਬਿਸ਼ੇ ਵੀ ਜਾਣਕਾਰੀ ਦਾ ਸਰੋਤ ਹੈ ਰਾਈਟ ਆਨਸਰ ਹੈ ਜੀ ਏ ਆਪਸ਼ਨ ਨੈਕਸਟ ਕੁਐਸਚਨ ਹੈ ਸਿਕੰਦਰ ਨਿਮਨਲਿਖਤ ਵਿੱਚੋਂ ਕਿਸ ਦੇ ਸ਼ਾਸਨ ਕਾਲ ਵਿੱਚ ਭਾਰਤ ਆਇਆ ਸੀ ਤਾਂ ਜਿਹੜਾ ਸਿਕੰਦਰ ਜੀ ਜੀ ਉਹ ਕਿਸ ਦੇ ਸ਼ਾਸਨ ਕਾਲ ਵਿੱਚ ਭਾਰਤ ਆਇਆ ਸੀ ਤਾਂ ਏ ਆਪਸ਼ਨ ਹੈ ਜੀ ਫਿਰੋਜ਼ ਸ਼ਾਹ ਤੁਗਲਕ ਬੀ ਆਪਸ਼ਨ ਹੈ ਰਾਜਾ ਪੋਰਸ ਸੀ ਆਪਸ਼ਨ ਹੈ ਮੁਹੰਮਦ ਬਿਨ ਤੁਗਲਕ ਡੀ ਆਪਸ਼ਨ ਹੈ ਗਿਆਸੂद्दीन तुगलक ਤਾਂ ਸਿਕੰਦਰ ਜਿਹੜਾ ਹੈ ਜੀ ਉਹ ਕਿਸ ਦੇ ਸ਼ਾਸਨ ਕਾਲ ਵਿੱਚ ਭਾਰਤ ਆਇਆ ਸੀ ਤਾਂ ਰਾਈਟ ਆਨਸਰ ਬਣਦਾ ਹੈ ਜੀ ਰਾਈਟ ਆਨਸਰ ਹੋਵੇਗਾ ਬੀ ਆਪਸ਼ਨ ਰਾਜਾ ਪੋਰਸ ਠੀਕ ਹੈ ਜੀ ਸਿਕੰਦਰ ਜਿਹੜਾ ਹੈ ਜੀ ਉਹ ਰਾਜਾ ਪੋਰਸ ਦੇ ਸ਼ਾਸਨ ਕਾਲ ਵਿੱਚ ਭਾਰਤ ਆਇਆ ਸੀ ਤਾਂ ਰਾਈਟ ਆਨਸਰ ਹੈ ਜੀ ਬੀ ਆਪਸ਼ਨ ਰਾਜਾ ਪੋਰਸ ਨੈਕਸਟ ਕੁਐਸਚਨ ਹੈ ਇਬਨ ਬਤੂਤਾ ਨਿਮਨਲਿਖਤ ਵਿੱਚੋਂ ਕਿਸ ਦੇ ਸ਼ਾਸਨ ਕਾਲ ਵਿੱਚ ਭਾਰਤ ਆਇਆ ਸੀ ਤਾਂ ਜਿਹੜਾ ਇਬਨ ਬਤੂਤਾ ਹੈ ਜੀ ਉਹ ਕਿਸ ਦੇ ਸ਼ਾਸਨ ਕਾਲ ਵਿੱਚ ਭਾਰਤ ਆਇਆ ਸੀ ਤਾਂ ਏ ਆਪਸ਼ਨ ਹੈ ਜੀ ਫਿਰੋਜ਼ ਸ਼ਾ ਤੁਗਲਕ ਬੀ ਆਪਸ਼ਨ ਹੈ ਸਮੁੰਦਰ ਗੁਪਤ ਸੀ ਆਪਸ਼ਨ ਹੈ ਮੁਹੰਮਦ ਬਿਨ ਤੁਗਲਕ ਡੀ ਆਪਸ਼ਨ ਹੈ ਗਿਆਸੂਦੀਨ ਤੁਗਲਕ ਤਾਂ ਜਿਹੜਾ ਇਬਨ ਬਤੂਤਾ ਹੈ ਜੀ ਉਹ ਕਿਸ ਦੇ ਸ਼ਾਸਨ ਕਾਲ ਵਿੱਚ ਭਾਰਤ ਆਇਆ ਸੀ ਤਾਂ ਰਾਈਟ ਆਨਸਰ ਹੈ ਜੀ ਇਸ ਦਾ ਸੀ ਆਪਸ਼ਨ ਮੁਹੰਮਦ ਬਿਨ ਤੁਗਲਕ ਠੀਕ ਹੈ ਜੀ ਇਬਨ ਬਤੂਤਾ ਜਿਹੜਾ ਹੈ ਜੀ ਉਹ ਮੁਹੰਮਦ ਬਿਨ ਤੁਗਲਕ ਦੇ ਸ਼ਾਸਨ ਕਾਲ ਵਿੱਚ ਭਾਰਤ ਆਇਆ ਸੀ ਨੈਕਸਟ ਕੁਐਸਚਨ ਹੈ ਅਲਬਰੂਨੀ ਨਿਮਨ ਲਿਖਤ ਵਿੱਚੋਂ ਕਿਸ ਦੇ ਸ਼ਾਸਨ ਕਾਲ ਵਿੱਚ ਭਾਰਤ ਆਇਆ ਸੀ ਤਾਂ ਅਲਬਰੂਨੀ ਜਿਹੜਾ ਹੈ ਜੀ ਉਹ ਕਿਸ ਦੇ ਸ਼ਾਸਨ ਕਾਲ ਵਿੱਚ ਭਾਰਤ ਆਇਆ ਸੀ ਤਾਂ ਏ ਆਪਸ਼ਨ ਹੈ ਜੀ ਚੰਦਰਗੁਪਤ ਦੂਜਾ ਬੀ ਆਪਸ਼ਨ ਹੈ ਸਮੁੰਦਰਗੁਪਤ ਸੀ ਆਪਸ਼ਨ ਹੈ ਮਹਿਮੂਦ ਗਜਨਵੀ ਡੀ অপশন ਹੈ কুমার ਗੁਪਤ ਤਾਂ ਅਲਬਰੂਨੀ ਜਿਹੜਾ ਹੈ ਜੀ ਉਹ ਕਿਸ ਦੇ ਸ਼ਾਸਨ ਕਾਲ ਵਿੱਚ ਭਾਰਤ ਆਇਆ ਸੀ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੈ ਜੀ ਉਹ ਹੈ ਸੀ অপশন ਮਹਿਮੂਦ ਗਜਨਵੀ ਠੀਕ ਹੈ ਜੀ ਅਲਬਰੂਨੀ ਜਿਹੜਾ ਹੈ ਜੀ ਉਹ ਮਹਿਮੂਦ ਗਜਨਵੀ ਦੇ ਸ਼ਾਸਨ ਕਾਲ ਵਿੱਚ ਭਾਰਤ ਆਇਆ ਸੀ ਤਾਂ ਰਾਈਟ ਆਨਸਰ ਹੈ ਜੀ ਸੀ অপশন ਨੈਕਸਟ ਕੁਐਸਚਨ ਹੈ নিমਨ ਲਿਖਿਤ ਵਿੱਚੋਂ ਭਾਰਤ ਦਾ ਕਿਹੜਾ ਰਾਜ ਗੁਲਾਮ ਨਹੀਂ ਹੋਇਆ ਸੀ ਤਾਂ ਇਹਨਾਂ ਵਿੱਚੋਂ ਕਿਹੜਾ ਹੈ ਜੀ ਜਿਹੜਾ ਭਾਰਤ ਦਾ ਕਿਹੜਾ ਰਾਜ ਹੈ ਜੀ ਜਿਹੜਾ ਕਿ ਗੁਲਾਮ ਨਹੀਂ ਹੋਇਆ ਸੀ ਤਾਂ ਏ ਆਪਸ਼ਨ ਹੈ ਜੀ ਹైదరాబాద్ ਬੀ ਆਪਸ਼ਨ ਹੈ ਜੰਮੂ ਕਸ਼ਮੀਰ ਸੀ ਆਪਸ਼ਨ ਹੈ ਪੋਪਾਲ ਡੀ ਆਪਸ਼ਨ ਹੈ ਗੋਆ ਤਾਂ ਭਾਰਤ ਦਾ ਕਿਹੜਾ ਰਾਜ ਹੈ ਜੀ ਜਿਹੜਾ ਗੁਲਾਮ ਨਹੀਂ ਹੋਇਆ ਸੀ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੈ ਜੀ ਉਹ ਹੈ ਡੀ ਆਪਸ਼ਨ ਗੋਆ ਠੀਕ ਹੈ ਜੀ ਗੋਆ ਪਰਵਦਾ ਜਿਹੜਾ ਰਾਜ ਹੈ ਜਿਹੜਾ ਗੁਲਾਮ ਨਹੀਂ ਹੋਇਆ ਸੀ ਇੱਥੇ ਪੁਰਤਗਾਲੀਆਂ ਦਾ ਰਾਜ ਸੀ ਜਿਹੜਾ ਕਿ 1961 ਵਿੱਚ ਛੱਡ ਦਿੱਤਾ ਗਿਆ ਠੀਕ ਹੈ ਜੀ ਰਾਈਟ ਆਨਸਰ ਹੈ ਜੀ ਡੀ ਆਪਸ਼ਨ ਨੈਕਸਟ ਕੁਐਸਚਨ ਹੈ ਮਹਾਤਮਾ ਗਾਂਧੀ ਦੀ ਮੌਤ ਨਿਮਨਲਿਖਤ ਵਿੱਚੋਂ ਕਦੋਂ ਹੋਈ ਸੀ ਤਾਂ ਮਹਾਤਮਾ ਗਾਂਧੀ ਦੀ ਮੌਤ ਕਦੋਂ ਹੋਈ ਸੀ ਜੀ ਤਾਂ ਏ ਆਪਸ਼ਨ ਹੈ 30 ਨਵੰਬਰ 1948 ਬੀ ਆਪਸ਼ਨ ਹੈ 3 ਜਨਵਰੀ 1948 ਸੀ ਆਪਸ਼ਨ ਹੈ 3 ਨਵੰਬਰ 1948 ਡੀ ਆਪਸ਼ਨ ਹੈ 30 ਜਨਵਰੀ 1948 ਤਾਂ ਮਹਾਤਮਾ ਗਾਂਧੀ ਦੀ ਮੌਤ ਕਦੋਂ ਹੋਈ ਸੀ ਜੀ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੈ ਜੀ ਉਹ ਹੈ ਡੀ ਆਪਸ਼ਨ 30 ਜਨਵਰੀ 1948 ਵਿੱਚ ਠੀਕ ਹੈ ਜੀ ਮਹਾਤਮਾ ਗਾਂਧੀ ਦੀ ਮੌਤ 30 ਜਨਵਰੀ 1948 ਵਿੱਚ ਹੋਈ ਸੀ ਰਾਈਟ ਆਨਸਰ ਹੈ ਜੀ ਡੀ ਆਪਸ਼ਨ ਨੈਕਸਟ ਕੁਐਸਚਨ ਹੈ ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਨਿਮਨਲਿਖਤ ਵਿੱਚੋਂ ਕਦੋਂ ਹੋਈ ਸੀ ਤਾਂ ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਕਦੋਂ ਹੋਈ ਸੀ ਜੀ ਤਾਂ ਏ ਆਪਸ਼ਨ ਹੈ 28 ਦਸੰਬਰ 1857 ਬੀ ਆਪਸ਼ਨ ਹੈ 28 ਨਵੰਬਰ 1857 ਸੀ ਆਪਸ਼ਨ ਹੈ 28 ਦਸੰਬਰ 1875 ਡੀ ਆਪਸ਼ਨ ਹੈ 28 ਦਸੰਬਰ 1885 ਤਾਂ ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਕਦੋਂ ਹੋਈ ਸੀ ਜੀ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ ਡੀ অপਸ਼ਨ 28 ਦਸੰਬਰ 1885 ਵਿੱਚ ਠੀਕ ਹੈ ਜੀ ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ 28 ਦਸੰਬਰ 1885 ਨੂੰ ਹੋਈ ਸੀ ਰਾਈਟ ਆਨਸਰ ਹੈ ਜੀ ਡੀ অপਸ਼ਨ ਨੈਕਸਟ ਕੁਐਸਚਨ ਹੈ ਸਤਿਆਗ੍ਰਹਿ ਅੰਦੋਲਨ ਨਿਮਨਲਿਖਤ ਵਿੱਚੋਂ ਕਦੋਂ ਹੋਇਆ ਸੀ ਤਾਂ ਸਤਿਆਗ੍ਰਹਿ ਅੰਦੋਲਨ ਜਿਹੜਾ ਹੈ ਜੀ ਉਹ ਕਦੋਂ ਹੋਇਆ ਸੀ ਇਹਨਾਂ ਵਿੱਚੋਂ ਤਾਂ ਏ অপਸ਼ਨ ਹੈ ਜੀ 1911 ਵਿੱਚ ਬੀ ਆਪਸ਼ਨ ਹੈ 1914 ਵਿੱਚ ਸੀ ਆਪਸ਼ਨ ਹੈ 1916 ਵਿੱਚ ਡੀ ਆਪਸ਼ਨ ਹੈ 1917 ਵਿੱਚ ਤਾਂ ਸਤਿਆਗ੍ਰਹਿ ਅੰਦੋਲਨ ਜਿਹੜਾ ਹੈ ਜੀ ਉਹ ਕਦੋਂ ਹੋਇਆ ਸੀ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੈ ਜੀ ਉਹ ਹੈ ਡੀ ਆਪਸ਼ਨ 1917 ਵਿੱਚ ਠੀਕ ਹੈ ਜੀ ਸਤਿਆਗ੍ਰਹਿ ਅੰਦੋਲਨ 1917 ਵਿੱਚ ਹੋਇਆ ਸੀ ਰਾਈਟ ਆਨਸਰ ਹੈ ਜੀ ਡੀ ਆਪਸ਼ਨ 1917 ਵਿੱਚ ਨੈਕਸਟ ਕੁਐਸਚਨ ਹੈ ਰਾਜਨੀਤਿਕ ਸੁਧਾਰਾਂ ਦੇ ਲਈ ਅੰਦੋਲਨ ਸ਼ੁਰੂ ਕਰਨ ਵਾਲੇ ਪਹਿਲੇ ਭਾਰਤੀ ਕੌਣ ਸਨ ਤਾਂ ਰਾਜਨੀਤਿਕ ਸੁਧਾਰਾਂ ਦੇ ਲਈ ਅੰਦੋਲਨ ਸ਼ੁਰੂ ਕਰਨ ਵਾਲੇ ਪਹਿਲੇ ਭਾਰਤੀ ਕੌਣ ਸਨ ਜੀ ਤਾਂ ਏ ਆਪਸ਼ਨ ਹੈ ਆਨੰਦ ਚਰਲੂ ਬੀ ਆਪਸ਼ਨ ਹੈ ਰਾਜਾ ਰਾਮ 모ਹਨ ਰਾਏ ਸੀ ਆਪਸ਼ਨ ਹੈ ਮਹਾਤਮਾ ਗਾਂਧੀ ਡੀ ਆਪਸ਼ਨ ਹੈ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਰਾਜਨੀਤਿਕ ਸੁਧਾਰਾਂ ਦੇ ਲਈ ਅੰਦੋਲਨ ਸ਼ੁਰੂ ਕਰਨ ਵਾਲੇ ਪਹਿਲੇ ਭਾਰਤੀ ਕੌਣ ਸਨ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੈ ਜੀ ਉਹ ਹੈ ਬੀ অপਸ਼ਨ ਰਾਜਾ ਰਾਮੋਹਨ ਰਾਏ ਠੀਕ ਹੈ ਜੀ ਰਾਜਨੀਤਿਕ ਸੁਧਾਰਾਂ ਦੇ ਲਈ ਅੰਦੋਲਨ ਸ਼ੁਰੂ ਕਰਨ ਵਾਲੇ ਪਹਿਲੇ ਭਾਰਤੀ ਰਾਜਾ ਰਾਮੋਹਨ ਰਾਏ ਸਨ ਠੀਕ ਹੈ ਜੀ ਰਾਈਟ ਆਨਸਰ ਹੈ ਜੀ ਬੀ অপਸ਼ਨ ਰਾਜਾ ਰਾਮੋਹਨ ਰਾਏ ਠੀਕ ਹੈ ਜੀ ਤਾਂ ਫਰੈਂਡਸ ਇਹ ਹਿਸਟਰੀ ਦੇ ਇੰਪੋਰਟੈਂਟ ਕੁਐਸਚਨ ਸੀ ਜਿਹੜੇ ਕਿ ਐਸਐਸਟੀ ਦੇ ਮਾਸਟਰ ਕੈਟਗਰੀ ਐਗਜ਼ਾਮ ਵਿੱਚ ਆ ਸਕਦੇ ਨੇ ਜੀ ਬਹੁਤ ਹੀ ਇੰਪੋਰਟੈਂਟ ਕੁਐਸਚਨ ਨੇ ਜਰੂਰ ਇਹਨਾਂ ਨੂੰ ਕਰ ਲਿਓ ਤੇ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰਦੇ ਹੋ ਠੀਕ ਹੈ ਜੀ ਤੇ ਬੈਲ ਆਈਕਨ ਨੂੰ ਹੀ ਪ੍ਰੈਸ ਕਰ ਦਿਓ ਤਾਂ ਕਿ ਮੇਰੀ ਵੀਡੀਓਜ਼ ਤੇ ਜਰਾ ਨੋਟੀਫਿਕੇਸ਼ਨ ਹੈ ਜੀ ਤੁਹਾਨੂੰ ਰੈਗੂਲਰ ਮਿਲਦਾ ਰਹੇ ਇਸ ਤੋਂ ਇਲਾਵਾ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰ ਦਿਓ ਠੀਕ ਹੈ ਜੀ ਉਸ ਤੋਂ ਇਲਾਵਾ ਜੇ ਕੋਈ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਕੁਝ ਕੁਐਸਚਨ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਵਿੱਚ ਪੁੱਛ ਸਕਦੇ ਹੋ ਜੀ ਮੈਂ ਤੁਹਾਨੂੰ ਰਿਪਲਾਈ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ ਜੀ ਠੀਕ ਹੈ ਜੀ ਇਸ ਤੋਂ ਇਲਾਵਾ ਤੁਸੀਂ ਟੈਲੀਗ੍ਰam ਤੇ ਵੀ ਸਾਨੂੰ ਜੁਆਇਨ ਕਰ ਸਕਦੇ ਹੋ ਟੈਲੀਗ੍ਰam ਤੇ ਚੈਨਲ ਹੈ ਜੀ ਆਰਐਸਪੀਸੀ ਜੋੜ ਦੇ ਨਾਮ ਤੋਂ ਤੁਸੀਂ ਉੱਥੇ ਸਾਨੂੰ ਜੁਆਇਨ ਕਰ ਸਕਦੇ ਹੋ ਉੱਥੇ ਆਨਲਾਈਨ ਕੁਇ ਆਪਸ਼ਨ ਦੇ ਨਾਲ ਦਿੱਤੇ ਹੁੰਦੇ ਨੇ ਕੁਐਸਚਨ ਜੀ ਉਹਦਾ ਜਵਾਬ ਦੇ ਕੇ ਤੁਸੀਂ ਆਪਣੀ ਤਿਆਰੀ ਦੀ ਤਿਆਰੀ ਪਤਾ ਕਰ ਸਕਦੇ ਹੋ ਕਿੰਨੀ ਤਿਆਰੀ ਹੈ ਠੀਕ ਹੈ ਜੀ ਐਸਐਸਟੀ ਦੇ ਕੁਐਸਚਨ ਹੁੰਦੇ ਨੇ ਜੀ ਤਿੰਨੋ ਸਬਜੈਕਟਾਂ ਇਕਨੋਮਿਕਸ ਤੇ ਹਿਸਟਰੀ ਦੇ ਸਵਾਲ ਇਹਨਾਂ ਤੇ ਹੋਣਗੇ ਠੀਕ ਹੈ ਜੀ ਜ਼ਰੂਰ ਜੁਆਇਨ ਕਰੋ ਟੈਲੀਗ੍ਰam ਚੈਨਲ ਤੇ ਤੇ ਆਪਣੀ ਤਿਆਰੀ ਕਰੋ ਐਸਐਸਟੀ ਮਾਸਟਰ ਕੈਡਰ ਦੀ ਠੀਕ ਹੈ ਜੀ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਕੁਝ ਹੋਰ ਇੰਪੋਰਟੈਂਟ ਕੁਐਸਚਨ ਤੇ ਨਾਲ ਉਦੋਂ ਤੱਕ ਲਈ ਥੈਂਕ ਯੂ